ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਬਾਈ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਸਭ ਤੋਂ ਪਹਿਲਾਂ ਦੋਸਤੋ, ਅੱਜ ਕਨੇਡਾ ਵਿਖੇ ਚੋਟੀ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ, ਜਿੱਥੇ ਕਿ ਚੋਟੀ ਚੋਟੀ ਦੇ ਸੁਪਰ ਸਟਾਰਾਂ ਦੇ ਭੇੜ ਹੋਣੇ ਨੇ। ਬਾਕੀ ਬਾਈ ਜੀ ਆਪਾਂ ਮੈਚਾਂ ਦੀ ਗੱਲ ਕਰੀਏ ਤਾਂ ਪਹਿਲਾ ਮੈਚ ਇੱਥੇ ਹੋਵੇਗਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ, ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਨਾਲ। ਦੂਸਰਾ ਮੈਚ ਹੋਵੇਗਾ GTA ਕਬੱਡੀ ਕਲੱਬ ਦਾ, ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਨਾਲ। ਤੀਸਰਾ ਮੈਚ ਹੋਵੇਗਾ ਓਨਟਾਰੀਓ ਕਬੱਡੀ ਕਲੱਬ ਦਾ, ਰਨਰ ਅਪ ਬਣ ਦੇ ਨਾਲ। ਅਤੇ ਚੌਥਾ ਮੈਚ ਹੋਵੇਗਾ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ, ਰਨਰ ਅਪ ਮੈਚ 2 ਦੇ ਨਾਲ। ਉਸ ਤੋਂ ਅੱਗੇ ਅੰਡਰ 21 ਦਾ ਮੈਚ ਹੋਵੇਗਾ, ਬਾਕੀ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ। ਤਾਂ ਦੋਸਤੋ, ਇਹਨਾਂ ਸਾਰੇ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੇ ਚੈਨਲ 'ਤੇ। ਉਸ ਤੋਂ ਅੱਗੇ ਬਾਈ ਜੀ ਅੱਜ ਮਲੇਸ਼ੀਆ ਵਿਖੇ ਵੀ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਹੈ, ਸੋ ਇੱਥੇ ਵੀ ਕਾਫੀ ਸਾਰੇ ਨਵੇਂ ਪਲੇਅਰ ਸੱਦੇ ਗਏ ਨੇ, ਸੋ ਉਹ ਆਪਣੇ ਤੁਹਾਨੂੰ ਜੋਹਰ ਦਿਖਾਉਣਗੇ। ਬਾਕੀ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲ ਸਕਦਾ ਹੈ ਕਬੱਡੀ ਲਾਈਵ ਯੂਰਪ 'ਤੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਵਿਦੇਸ਼ਾਂ ਦੇ ਵਿੱਚ ਚੋਟੀ ਦੇ ਕਬੱਡੀ ਕੱਪ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।